ਹੈਲੋ ਦੋਸਤੋ, ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ। ਕਹਾਣੀ ਸੁਣਨ ਦੇ ਨਾਲ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ, ਪਲੀਜ਼ ਫਰੈਂਡਸ। ਚਲੋ ਕਹਾਣੀ ਸ਼ੁਰੂ ਕਰਦੇ ਹਾਂ ਜੀ। ਜਗਦੀਪ ਅੰਕਲ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤੀ। ਜਿਸ ਅੰਕਲ ਨੂੰ ਮੈਂ ਆਪਣੇ ਮਾਤਾ ਪਿਤਾ ਨਾਲੋਂ ਵੀ ਵੱਧ ਸਮਝਿਆ ਸੀ, ਉਸਨੇ ਹੀ ਮੇਰੇ ਨਾਲ ਅਜਿਹਾ ਘਿਣਾਉਣਾ ਕੰਮ ਕੀਤਾ ਜਿਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ। ਮੇਰਾ ਨਾਮ ਕਮਲ ਹੈ ਅਤੇ ਮੇਰੀ ਉਮਰ 16 ਸਾਲ ਦੀ ਹੈ। ਮੇਰੇ ਪਰਿਵਾਰ ਵਿੱਚ ਮੈਂ, ਮੇਰਾ ਛੋਟਾ ਭਰਾ ਅਤੇ ਮੰਮੀ ਡੈਡੀ ਹਨ। ਹਾਲਾਂਕਿ ਮੇਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹ ਮੈਨੂੰ ਹਰ ਗੱਲ ਲਈ ਝਿੜਕਦੇ ਰਹਿੰਦੇ ਸਨ। ਉਹ ਮੈਨੂੰ ਘਰ ਵਿੱਚ ਬਹੁਤ ਕੰਟਰੋਲ ਕਰਦੇ ਸਨ। ਵੈਸੇ ਤਾਂ ਸਾਡੇ ਘਰ 'ਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੈਂ ਅਮੀਰ ਪਰਿਵਾਰ ਤੋਂ ਹਾਂ, ਪਰ ਮੇਰੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਚੀਜ਼ ਦੀ ਕਮੀ ਸੀ ਅਤੇ ਉਹ ਸੀ ਆਜ਼ਾਦੀ। ਮੇਰੇ ਮਾਤਾ ਪਿਤਾ ਹਮੇਸ਼ਾ ਮੈਨੂੰ ਕਿਸੇ ਕਸਾਈ ਦੀਆਂ ਨਜ਼ਰਾਂ ਨਾਲ ਦੇਖਦੇ ਸਨ। ਉਹ ਮੈਨੂੰ ਹਰ ਗੱਲ ਲਈ ਝਿੜਕਦੇ ਰਹਿੰਦੇ ਸੀ, ਨਾ ਹੀ ਕਿਸੇ ਨੂੰ ਮਿਲਣ ਦਿੰਦੇ ਸੀ ਅਤੇ ਨਾ ਹੀ ਕਿਸੇ ਦੇ ਘਰ ਜਾਣ ਦਿੰਦੇ ਸੀ। ਮੈਂ ਆਪਣੇ ਡੈਡੀ ਤੋਂ ਬਹੁਤ ਡਰਦੀ ਸੀ। ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਜੇ ਮੈਂ ਤੇਰੇ ਬਾਰੇ ਕਿਸੇ ਤੋਂ ਕੁਝ ਗਲਤ ਸੁਣਿਆ ਤਾਂ ਮੈਂ ਤੈਨੂੰ ਮਾਰ ਦਿਆਂਗਾ। ਉਸ ਸਮੇਂ ਮੈਂ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਮੇਰੇ ਡੈਡੀ ਮੈਨੂੰ ਕਹਿੰਦੇ ਸਨ ਕਿ ਤੂੰ ਕਲਾਸ 'ਚ ਕਦੇ ਵੀ ਕੋਈ ਦੋਸਤ ਨਾ ਬਣਾਵੀਂ ਅਤੇ ਨਾ ਹੀ ਕਿਸੇ ਨੂੰ ਆਪਣੇ ਘਰ ਲੈ ਕੇ ਆਵੀਂ ਅਤੇ ਹਮੇਸ਼ਾ ਮੁੰਡਿਆਂ ਤੋਂ ਦੂਰ ਰਹੀਂ। ਮੈਂ ਹਰ ਰੋਜ਼ ਸਕੂਲ ਜਾਂਦੀ ਅਤੇ ਸਕੂਲ ਤੋਂ ਵਾਪਸ ਆ ਕੇ ਆਪਣੇ ਆਪ ਨੂੰ ਆਪਣੇ ਘਰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰ ਲੈਂਦੀ ਸੀ। ਮੇਰਾ ਘਰ ਕਿਸੇ ਜੇਲ੍ਹ ਤੋਂ ਘੱਟ ਨਹੀਂ ਸੀ। ਮੇਰੇ ਡੈਡੀ ਮੈਨੂੰ ਹਮੇਸ਼ਾ ਘਰ ਅੰਦਰ ਬੰਦ ਰੱਖਦੇ ਸਨ। ਡੈਡੀ ਦੇ ਇੱਕ ਦੋਸਤ ਜਗਦੀਪ ਅੰਕਲ ਸਨ, ਜੋ ਬਹੁਤ ਹੀ ਸਮਝਦਾਰ ਅਤੇ ਸੁਲਝੇ ਹੋਏ ਇਨਸਾਨ ਸਨ। ਉਹਨਾਂ ਦੀ ਉਮਰ 51 ਸਾਲ ਸੀ। ਉਹ ਮੇਰੇ ਡੈਡੀ ਦੇ ਬਿਜ਼ਨਸ ਪਾਰਟਨਰ ਵੀ ਸਨ। ਉਹਨਾਂ ਦਾ ਰੰਗ ਬਹੁਤ ਕਾਲਾ ਸੀ, ਜਿਸ ਕਾਰਨ ਉਹਨਾਂ ਦਾ ਵਿਆਹ ਵੀ ਨਹੀਂ ਹੋਇਆ ਸੀ। ਉਹ ਅਜੇ ਬੈਚਲਰ ਹੀ ਸਨ। ਅੰਕਲ ਹਮੇਸ਼ਾ ਸਾਡੇ ਘਰ ਆਉਂਦੇ ਰਹਿੰਦੇ ਸਨ। ਮੈਂ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੀ ਸੀ, ਕਿਉਂਕਿ ਉਹ ਮੈਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਸਨ। ਉਹ ਹਮੇਸ਼ਾ ਮੈਨੂੰ ਕਹਿੰਦੇ ਸੀ ਕਿ ਪਤਾ ਨਹੀਂ ਤੇਰੇ ਡੈਡੀ ਇੰਨੇ ਸਖਤ ਕਿਉਂ ਨੇ, ਤੂੰ ਤਾਂ ਬਹੁਤ ਹੀ ਪਿਆਰੀ ਕੁੜੀ ਹੈ, ਫਿਰ ਵੀ ਉਹ ਤੈਨੂੰ ਕਸਾਈਆਂ ਵਾਂਗ ਦੇਖਦਾ ਰਹਿੰਦਾ ਹੈ। ਉਹ ਤੈਨੂੰ ਬਹੁਤਾ ਪਿਆਰ ਵੀ ਨਹੀਂ ਕਰਦਾ, ਕਿਉਂਕਿ ਤੂੰ ਇੱਕ ਕੁੜੀ ਹੈ, ਉਹ ਤੇਰੇ ਭਰਾ ਨੂੰ ਵੱਧ ਪਿਆਰ ਕਰਦਾ ਹੈ। ਮੈਂ ਜਗਦੀਪ ਅੰਕਲ ਨੂੰ ਆਪਣਾ ਦੋਸਤ ਸਮਝਣ ਲੱਗ ਗਈ ਸੀ। ਮੈਂ ਉਹਨਾਂ ਨਾਲ ਹਰ ਗੱਲ ਸਾਂਝੀ ਕਰਦੀ ਸੀ। ਜਦੋਂ ਵੀ ਅੰਕਲ ਘਰ ਆਉਂਦੇ, ਉਹ ਮੇਰੇ ਕੋਲ ਹੀ ਬੈਠ ਜਾਂਦੇ ਸੀ। ਉਹ ਮੇਰੇ ਦਿਲ ਦੀਆਂ ਸਾਰੀਆਂ ਗੱਲਾਂ ਸੁਣਦੇ ਸੀ। ਮੈਂ ਹਮੇਸ਼ਾ ਜਗਦੀਪ ਅੰਕਲ ਨਾਲ ਪਾਰਕ ਵਿੱਚ ਜਾਂਦੀ ਅਤੇ ਬਹੁਤ ਸਾਰਾ ਖੇਡਿਆ ਕਰਦੀ ਸੀ। ਵੈਸੇ ਤਾਂ ਮੈਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ, ਪਰ ਡੈਡੀ ਅੰਕਲ 'ਤੇ ਭਰੋਸਾ ਕਰਦੇ ਸੀ, ਤਾਂ ਕਰਕੇ ਡੈਡੀ ਮੈਨੂੰ ਅੰਕਲ ਦੇ ਨਾਲ ਪਾਰਕ ਜਾਣ ਦਿੰਦੇ ਸੀ। ਜਦੋਂ ਮੈਂ 17 ਸਾਲ ਦੀ ਹੋ ਗਈ, ਤਦ ਮੈਨੂੰ ਇਸ਼ਕ ਦਾ ਜਾਗ ਲੱਗ ਗਿਆ। ਮੇਰੇ ਸਕੂਲ ਵਿੱਚ ਸੁਨੀਲ ਨਾਮ ਦਾ ਮੁੰਡਾ ਪੜ੍ਹਦਾ ਸੀ। ਮੇਰੀ ਉਸ ਨਾਲ ਦੋਸਤੀ ਹੋ ਗਈ, ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਸੀ, ਅੰਕਲ ਨੂੰ ਵੀ ਨਹੀਂ। ਮੈਂ ਅਕਸਰ ਸੁਨੀਲ ਨਾਲ ਇੱਕ ਪਾਰਕ ਵਿੱਚ ਚਲੀ ਜਾਂਦੀ ਸੀ ਅਤੇ ਉੱਥੇ ਅਸੀਂ ਆਪਣੀ ਹੀ ਦੁਨੀਆ ਵਿੱਚ ਮਸਤ ਹੋ ਜਾਂਦੇ ਸੀ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਸੁਨੀਲ ਦੀ ਕੰਪਨੀ ਬਹੁਤ ਹੀ ਪਸੰਦ ਆਉਂਦੀ ਸੀ। ਮੈਂ ਵੀ ਉਸਨੂੰ ਬਹੁਤ ਪਿਆਰ ਕਰਦੀ ਸੀ। ਮੈਂ ਅਤੇ ਸੁਨੀਲ ਸਕੂਲ ਵਿੱਚ ਮਿਲ ਲੈਂਦੇ ਸੀ। ਮੈਂ ਸੁਨੀਲ ਨੂੰ ਆਪਣੇ ਪਰਿਵਾਰ ਬਾਰੇ ਸਭ ਕੁਝ ਦੱਸ ਦਿੱਤਾ ਕਿ ਮੇਰੇ ਡੈਡੀ ਕਿਹੋ ਜਿਹੇ ਨੇ ਅਤੇ ਉਹ ਮੇਰੇ 'ਤੇ ਕਿੰਨੀਆਂ ਪਾਬੰਦੀਆਂ ਲਾਉਂਦੇ ਨੇ। ਉਹ ਕਹਿੰਦਾ ਸੀ, ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਜਿਵੇਂ ਹੀ ਤੂੰ 18 ਸਾਲ ਦੀ ਹੋ ਗਈ, ਮੈਂ ਤੇਰੇ ਘਰ ਆਪਣੇ ਮਾਤਾ ਪਿਤਾ ਨੂੰ ਰਿਸ਼ਤਾ ਲੈ ਕੇ ਭੇਜ ਦਿਆਂਗਾ। ਉਦੋਂ ਤੱਕ ਸਾਨੂੰ ਦੋਵਾਂ ਨੂੰ ਆਪਣਾ ਰਿਸ਼ਤਾ ਲੋਕਾਂ ਤੋਂ ਛੁਪਾ ਕੇ ਰੱਖਣਾ ਪਵੇਗਾ, ਨਹੀਂ ਤਾਂ ਤੇਰੇ ਡੈਡੀ ਨੂੰ ਪਤਾ ਲੱਗ ਜਾਵੇਗਾ, ਫਿਰ ਉਹ ਆਪਣਾ ਵਿਆਹ ਕਦੇ ਵੀ ਨਹੀਂ ਹੋਣ ਦੇਣਗੇ। ਇੱਕ ਦਿਨ ਸੁਨੀਲ ਅਤੇ ਮੈਂ ਸਕੂਲ ਤੋਂ ਜਲਦੀ ਛੁੱਟੀ ਲੈ ਲਈ।
ਤੇ ਅਸੀਂ ਦੋਵੇਂ ਟਾਈਮ ਪਾਸ ਕਰਨ ਲਈ ਪਾਰਕ ਵਿੱਚ ਚਲੇ ਗਏ, ਜਿਸ ਪਾਰਕ 'ਚ ਮੈਨੂੰ ਜਗਦੀਪ ਅੰਕਲ ਲੈ ਕੇ ਜਾਂਦੇ ਸੀ। ਸੁਨੀਲ ਮੇਰੀ ਗੋਦ 'ਚ ਸਿਰ ਰੱਖ ਕੇ ਲੇਟਿਆ ਹੋਇਆ ਸੀ। ਅਸੀਂ ਦੋਵੇਂ ਇੱਕ ਦੂਜੇ ਵਿੱਚ ਗੁਆਚੇ ਹੋਏ ਸੀ ਕਿ ਅਚਾਨਕ ਜਗਦੀਪ ਅੰਕਲ ਵੀ ਉੱਥੇ ਆ ਗਏ। ਉਹਨਾਂ ਨੇ ਚੋਰੀ ਸਾਡੀ ਦੋਵਾਂ ਦੀ ਫੋਟੋ ਖਿੱਚ ਲਈ ਅਤੇ ਫਿਰ ਉਹ ਵਾਪਸ ਚਲੇ ਗਏ। ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਅੰਕਲ ਨੇ ਮੈਨੂੰ ਅਤੇ ਸੁਨੀਲ ਨੂੰ ਦੇਖ ਲਿਆ ਸੀ। ਜਿਵੇਂ ਹੀ ਸਕੂਲ ਦੀ ਛੁੱਟੀ ਦਾ ਸਮਾਂ ਹੋਇਆ, ਮੈਂ ਘਰ ਵਾਪਸ ਆ ਗਈ ਅਤੇ ਆਮ ਦਿਨਾਂ ਵਾਂਗ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਮੈਂ ਅਜੇ ਵੀ ਸੁਨੀਲ ਦੀਆਂ ਹੀ ਸੋਚਾਂ ਵਿੱਚ ਗੁਆਚੀ ਹੋਈ ਸੀ ਕਿ ਮੈਨੂੰ ਹੋਰ ਕਿਸੇ ਵੀ ਗੱਲ ਦੀ ਕੋਈ ਹੋਸ਼ ਨਹੀਂ ਸੀ। ਕੁਝ ਸਮੇਂ ਬਾਅਦ ਅਚਾਨਕ ਅੰਕਲ ਮੇਰੇ ਕਮਰੇ ਵਿੱਚ ਆ ਗਏ। ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਮੇਰੇ ਕੋਲ ਆ ਕੇ ਬੈਠ ਗਈ। ਉਹ ਬੜੇ ਚੁੱਪ ਚਾਪ ਬੈਠੇ ਸੀ। ਮੈਂ ਕਿਹਾ, ਅੰਕਲ ਜੀ ਕੀ ਗੱਲ ਹੈ, ਤੁਸੀਂ ਇੰਨੇ ਚੁੱਪ ਕਿਉਂ ਹੋ? ਅੰਕਲ ਨੇ ਕਿਹਾ, ਕਮਲ ਮੈਂ ਤੇਰੇ ਬਾਰੇ ਸਭ ਕੁਝ ਜਾਣਦਾ ਹਾਂ। ਮੈਂ ਥੋੜ੍ਹੀ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ, ਫਿਰ ਪੁੱਛਿਆ, ਅੰਕਲ ਤੁਸੀਂ ਮੇਰੇ ਬਾਰੇ ਅਜਿਹਾ ਕੀ ਜਾਣਦੇ ਹੋ? ਅੰਕਲ ਨੇ ਕਿਹਾ, ਅੱਜ ਤੂੰ ਕਿੱਥੇ ਗਈ ਸੀ? ਮੈਂ ਕਿਹਾ, ਅੰਕਲ ਮੈਂ ਤਾਂ ਸਕੂਲ ਗਈ ਸੀ, ਹੋਰ ਕਿੱਥੇ ਜਾਵਾਂਗੀ? ਫਿਰ ਉਹਨਾਂ ਨੇ ਕਿਹਾ, ਸਕੂਲ ਤੋਂ ਬਾਅਦ ਕਿੱਥੇ ਗਈ ਸੀ? ਮੈਂ ਥੋੜ੍ਹਾ ਝਿਜਕ ਕੇ ਕਿਹਾ, ਨਹੀਂ ਅੰਕਲ ਮੈਂ ਹੁਣੇ ਸਕੂਲੋਂ ਘਰ ਆਈ ਹਾਂ, ਮੈਂ ਹੋਰ ਕਿਤੇ ਵੀ ਨਹੀਂ ਗਈ। ਫਿਰ ਅੰਕਲ ਨੇ ਕਿਹਾ, ਅੱਜ ਮੈਂ ਤੈਨੂੰ ਇੱਕ ਮੁੰਡੇ ਨਾਲ ਪਾਰਕ ਵਿੱਚ ਵੇਖਿਆ ਏ। ਅੰਕਲ ਤੋਂ ਇਹ ਗੱਲ ਸੁਣਦਿਆਂ ਹੀ ਮੈਂ ਬਹੁਤ ਡਰ ਗਈ ਸੀ। ਮੈਂ ਜਗਦੀਪ ਅੰਕਲ ਨੂੰ ਕਹਿਣ ਲੱਗੀ, ਅੰਕਲ ਜੀ ਪਲੀਜ਼ ਇਸ ਬਾਰੇ ਡੈਡੀ ਨੂੰ ਨਾ ਦੱਸਿਓ, ਨਹੀਂ ਤਾਂ ਉਹ ਮੈਨੂੰ ਮਾਰ ਦੇਣਗੇ। ਡੈਡੀ ਦੇ ਸੁਭਾਅ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਉਹ ਕਿੰਨੇ ਗੁੱਸੇ ਵਾਲੇ ਨੇ। ਇਹ ਸੁਣ ਕੇ ਪਤਾ ਨਹੀਂ ਕਿਉਂ ਅੰਕਲ ਮੇਰੇ ਵੱਲ ਬਹੁਤ ਹੀ ਅਜੀਬ ਨਜ਼ਰਾਂ ਨਾਲ ਵੇਖਣ ਲੱਗ ਗਏ। ਫਿਰ ਅੰਕਲ ਨੇ ਕਿਹਾ, ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗਾ, ਪਰ ਬਦਲੇ 'ਚ ਮੈਨੂੰ ਕੁਝ ਚਾਹੀਦਾ ਹੈ। ਮੈਂ ਕਿਹਾ, ਅੰਕਲ ਤੁਸੀਂ ਜੋ ਵੀ ਚਾਹੁੰਦੇ ਹੋ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ, ਪਰ ਡੈਡੀ ਨੂੰ ਨਾ ਦੱਸਿਓ। ਮੇਰੇ ਮੂੰਹੋਂ ਇਹ ਗੱਲ ਸੁਣਦਿਆਂ ਹੀ ਅੰਕਲ ਨੇ ਇੱਕਦਮ ਕਿਹਾ, ਦੇਖ ਕਮਲ ਤੈਨੂੰ ਮੈਨੂੰ ਖੁਸ਼ ਕਰਨਾ ਪਵੇਗਾ। ਅੰਕਲ ਦਾ ਇਹ ਰੂਪ ਵੇਖ ਕੇ ਮੈਂ ਹੈਰਾਨ ਰਹਿ ਗਈ। ਮੈਨੂੰ ਇੰਝ ਲੱਗਾ ਜਿਵੇਂ ਮੇਰੇ ਸਿਰ 'ਤੇ ਕਿਸੇ ਨੇ ਬੰਬ ਸੁੱਟ ਦਿੱਤਾ ਹੋਵੇ। ਅੰਕਲ ਦੇ ਮੂੰਹੋਂ ਅਜਿਹੀ ਗੱਲ ਸੁਣਨ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਮੈਂ ਹਮੇਸ਼ਾ ਉਹਨਾਂ ਨੂੰ ਆਪਣਾ ਆਦਰਸ਼ ਸਮਝਦੀ ਸੀ। ਮੈਂ ਕਿਹਾ, ਅੰਕਲ ਮੈਂ ਤੁਹਾਡੀ ਧੀ ਵਰਗੀ ਹਾਂ, ਮੈਂ ਤੁਹਾਡਾ ਆਪਣੇ ਡੈਡੀ ਨਾਲੋਂ ਵੀ ਵੱਧ ਸਤਿਕਾਰ ਕਰਦੀ ਹਾਂ, ਤੁਸੀਂ ਇਸ ਤਰ੍ਹਾਂ ਕਿਵੇਂ ਸੋਚ ਸਕਦੇ ਹੋ? ਫਿਰ ਉਹਨਾਂ ਨੇ ਕਿਹਾ, ਦੇਖ ਲੈ ਤੇਰੀ ਮਰਜ਼ੀ ਹੈ, ਤੇਰੇ ਕੋਲ ਦੋ ਵਿਕਲਪ ਨੇ। ਪਹਿਲਾ ਵਿਕਲਪ ਹੈ ਜਿਵੇਂ ਮੈਂ ਕਹਾਂ ਉਸੇ ਤਰ੍ਹਾਂ ਹੀ ਕਰ, ਅਤੇ ਦੂਜਾ ਵਿਕਲਪ ਤੂੰ ਜਾਣਦੀ ਹੀ ਹੈ ਕਿ ਤੇਰਾ ਬਾਪ ਕਿਸੇ ਕਸਾਈ ਤੋਂ ਘੱਟ ਨਹੀਂ। ਜਿਵੇਂ ਹੀ ਮੈਂ ਉਸਨੂੰ ਤੇਰੀਆਂ ਫੋਟੋਆਂ ਵਿਖਾਈਆਂ ਤਾਂ ਉਹ ਤੇਰੇ ਟੁਕੜੇ ਕਰ ਦੇਵੇਗਾ। ਹੁਣ ਫੈਸਲਾ ਤੇਰੇ ਹੱਥ ਵਿੱਚ ਹੈ ਕਿ ਤੂੰ ਜਿਉਂਦੇ ਰਹਿਣਾ ਚਾਹੁੰਦੀ ਹੈ ਜਾਂ ਮਰਨਾ। ਮੈਂ ਰੋਂਦੇ ਹੋਏ ਅੰਕਲ ਦੇ ਪੈਰੀਂ ਪੈ ਗਈ ਅਤੇ ਉਹਨਾਂ ਨੂੰ ਬੇਨਤੀ ਕਰਨ ਲੱਗੀ, ਅੰਕਲ ਜੀ ਪਲੀਜ਼ ਮੇਰੇ ਨਾਲ ਅਜਿਹਾ ਨਾ ਕਰੋ। ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ। ਅੰਕਲ ਨੇ ਕਿਹਾ, ਮੈਂ ਤੈਨੂੰ ਸ਼ਾਮ ਨੂੰ ਲੈਣ ਆਵਾਂਗਾ, ਤਿਆਰ ਰਹੀਂ। ਜੇ ਤੂੰ ਮੇਰੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਉਸੇ ਵੇਲੇ ਤੇਰੀ ਫੋਟੋ ਤੇਰੇ ਬਾਪ ਨੂੰ ਦਿਖਾ ਦੇਣੀ ਹੈ। ਇਹ ਕਹਿ ਕੇ ਉਹ ਮੇਰੇ ਕਮਰੇ 'ਚੋਂ ਬਾਹਰ ਚਲੇ ਗਈ। ਮੈਂ ਸ਼ਾਮ ਤੱਕ ਕਮਰੇ 'ਚ ਬੈਠ ਕੇ ਰੋਂਦੀ ਰਹੀ। ਰਾਤ ਕਰੀਬ 8 ਵਜੇ ਉਹ ਲਫੰਗਾ ਮੇਰੇ ਘਰ ਆਇਆ ਅਤੇ ਮੇਰੇ ਡੈਡੀ ਕੋਲ ਬੈਠ ਕੇ ਚਾਹ ਪੀਣ ਲੱਗ ਗਿਆ। ਚਾਹ ਦੀ ਚੁਸਕੀਆਂ ਲੈਂਦੇ ਹੋਏ ਉਸਨੇ ਮੇਰੇ ਡੈਡੀ ਨੂੰ ਕਿਹਾ, ਯਾਰ ਅੱਜ ਮੈਂ ਮੇਰੇ ਜਾਣਕਾਰ ਦੇ ਜਨਮ ਦਿਨ ਦੀ ਪਾਰਟੀ 'ਤੇ ਜਾਣਾ ਹੈ, ਮੈਂ ਤੇਰੀ ਬੇਟੀ ਕਮਲ ਨੂੰ ਲਿਜਾਣ ਬਾਰੇ ਸੋਚ ਰਿਹਾ ਹਾਂ। ਵੈਸੇ ਵੀ ਉਹ ਕੁੜੀ ਹਰ ਵੇਲੇ ਘਰ 'ਚ ਹੀ ਬੰਦ ਰਹਿੰਦੀ ਹੈ, ਆਪਾਂ ਤਾਂ ਉਸਨੂੰ ਕਿਤੇ ਵੀ ਬਾਹਰ ਨਹੀਂ ਜਾਣ ਦਿੰਦੇ, ਇਸ ਬਹਾਨੇ ਉਹ ਥੋੜ੍ਹਾ ਘੁੰਮ ਆਵੇਗੀ। ਫਿਰ ਮੇਰੇ ਡੈਡੀ ਨੇ ਕਿਹਾ, ਹਾਂ ਜਗਦੀਪ ਇਹ ਸੱਚ ਹੈ ਕਿ ਮੇਰੀ ਧੀ ਦਾ ਘਰ ਤੋਂ ਬਾਹਰ ਜਾਣਾ ਬਿਲਕੁਲ ਵੀ ਮੈਨੂੰ ਪਸੰਦ ਨਹੀਂ, ਇਹ ਤਾਂ ਤੈਨੂੰ ਵੀ ਪਤਾ ਹੈ ਕਿ ਬਾਹਰੀ ਦੁਨੀਆ ਕਿਹੋ ਜਿਹੀ ਹੈ।
ਪਰ ਮੈਨੂੰ ਤੇਰੇ ਨਾਲ ਭੇਜਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਮੈਂ ਜਾਣਦਾ ਹਾਂ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੂੰ ਮੇਰੀ ਧੀ ਕਮਲ ਨੂੰ ਆਪਣੀ ਬੱਚੀ ਸਮਝਿਆ ਏ, ਇਸ ਲਈ ਮੈਨੂੰ ਤੇਰੇ 'ਤੇ ਪੂਰਾ ਭਰੋਸਾ ਏ। ਤੂੰ ਇਸ ਨੂੰ ਜਿੱਥੇ ਚਾਹੇ ਲਿਜਾ ਸਕਦਾ ਏ। ਫਿਰ ਉਸ ਅੰਕਲ ਨੇ ਮੇਰੇ ਡੈਡੀ ਨੂੰ ਕਿਹਾ ਕਿ ਅਸੀਂ ਸ਼ਾਇਦ ਸਾਰੀ ਰਾਤ ਵਾਪਸ ਨਾ ਆ ਸਕੀਏ, ਕਿਉਂਕਿ ਜਿੱਥੇ ਪਾਰਟੀ ਹੋ ਰਹੀ ਹੈ ਉਹ ਜਗ੍ਹਾ ਬਹੁਤ ਹੀ ਦੂਰ ਹੈ, ਇਸ ਲਈ ਅਸੀਂ ਸਵੇਰ ਤੱਕ ਹੀ ਆ ਸਕਾਂਗੇ। ਮੇਰੇ ਡੈਡੀ ਨੇ ਕਿਹਾ, ਕੋਈ ਗੱਲ ਨਹੀਂ, ਜੇਕਰ ਕਮਲ ਤੇਰੇ ਨਾਲ ਹੈ ਤਾਂ ਮੈਨੂੰ ਕੋਈ ਚਿੰਤਾ ਨਹੀਂ। ਮੈਂ ਆਪਣੇ ਡੈਡੀ ਦੇ ਉਸ ਦਾਨਵ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ, ਪਰ ਮੈਂ ਕੋਈ ਫੈਸਲਾ ਨਹੀਂ ਲੈ ਪਾ ਰਹੀ ਸੀ। ਮਨ ਤਾਂ ਕਰ ਰਿਹਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂ। ਥੋੜ੍ਹੇ ਹੀ ਸਮੇਂ ਵਿੱਚ ਉਹ ਜਲਾਦ ਮੈਨੂੰ ਆਪਣੇ ਘਰ ਲੈ ਗਿਆ। ਜਿਵੇਂ ਹੀ ਮੈਂ ਉਸਦੇ ਘਰ ਪਹੁੰਚੀ, ਮੈਂ ਉਸਨੂੰ ਦੁਬਾਰਾ ਮਿੰਨਤਾਂ ਤਰਲੇ ਕਰਨ ਲੱਗ ਗਈ ਕਿ ਸ਼ਾਇਦ ਉਸਨੂੰ ਮੇਰੇ 'ਤੇ ਤਰਸ ਹੀ ਆ ਜਾਵੇ, ਪਰ ਉਸਨੇ ਮੇਰੀ ਇੱਕ ਨਾ ਸੁਣੀ। ਉਹ ਬਘਿਆੜ ਸਾਰੀ ਰਾਤ ਮੈਨੂੰ ਨੋਚਦਾ ਰਿਹਾ ਅਤੇ ਮੈਂ ਆਪਣੀ ਕਿਸਮਤ ਨੂੰ ਕੋਸਦੀ ਰਹੀ। ਜਿਵੇਂ ਹੀ ਸਵੇਰ ਹੋਈ ਉਸਨੇ ਮੈਨੂੰ ਘਰ ਛੱਡ ਦਿੱਤਾ ਅਤੇ ਜਾਂਦੇ ਸਮੇਂ ਉਸਨੇ ਕਿਹਾ, ਕਮਲ ਮੈਨੂੰ ਕਦੇ ਵੀ ਨਾ ਕਰੀ, ਨਹੀਂ ਤਾਂ ਨਤੀਜਾ ਤੈਨੂੰ ਪਤਾ ਹੀ ਹੈ, ਮੈਂ ਜਦੋਂ ਵੀ ਤੈਨੂੰ ਬੁਲਾਵਾਂਗਾ ਤੈਨੂੰ ਆਉਣਾ ਹੀ ਪਵੇਗਾ। ਇਹ ਕਹਿ ਕੇ ਉਹ ਮੈਨੂੰ ਮੇਰੇ ਘਰ ਛੱਡ ਗਿਆ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਅਤੇ ਚੀਕਾਂ ਮਾਰ ਮਾਰ ਕੇ ਰੋਣ ਲੱਗ ਪਈ। ਇਹ ਸਭ ਹੋਏ ਨੂੰ 2 ਦਿਨ ਹੋ ਗਏ ਸੀ। ਮੇਰੇ ਹਲਕ ਤੋਂ ਪਾਣੀ ਵੀ ਨਹੀਂ ਉੱਤਰ ਰਿਹਾ ਸੀ ਅਤੇ ਨਾ ਹੀ ਮੈਂ ਕਾਲਜ ਗਈ ਸੀ। ਮੇਰੀ ਮੰਮੀ ਮੇਰੇ ਕਮਰੇ ਵਿੱਚ ਆਈ ਅਤੇ ਮੈਨੂੰ ਪੁੱਛਣ ਲੱਗੀ, ਕੀ ਹੋਇਆ ਕਮਲ, ਤੇਰੀ ਤਬੀਅਤ ਠੀਕ ਨਹੀਂ ਹੈ, ਕੀ ਗੱਲ ਹੈ, ਤੂੰ ਪਿਛਲੇ 2 ਦਿਨਾਂ ਤੋਂ ਨਾ ਹੀ ਕੁਝ ਖਾਧਾ ਅਤੇ ਨਾ ਹੀ ਤੂੰ ਕਾਲਜ ਗਈ ਹੈ। ਮੈਂ ਰੋਂਦੀ ਹੋਈ ਨੇ ਮੰਮੀ ਨੂੰ ਕਿਹਾ ਕਿ ਤੁਸੀਂ ਚਲੇ ਜਾਓ ਅਤੇ ਮੈਨੂੰ ਇਕੱਲੀ ਛੱਡ ਦਿਓ। ਉਹ ਮੇਰਾ ਰਵੱਈਆ ਵੇਖ ਕੇ ਹੈਰਾਨ ਰਹਿ ਗਈ ਅਤੇ ਜਲਦੀ ਨਾਲ ਕਮਰੇ 'ਚੋਂ ਬਾਹਰ ਚਲੀ ਗਈ। ਮੈਂ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਮੈਂ ਇਹ ਗੱਲ ਕਿਸੇ ਨੂੰ ਦੱਸਾਂ ਜਾਂ ਨਾ, ਪਰ ਸੁਨੀਲ ਨੂੰ ਜ਼ਰੂਰ ਦੱਸਾਂਗੀ, ਮੈਂ ਉਸਨੂੰ ਧੋਖਾ ਨਹੀਂ ਦੇਵਾਂਗੀ। ਅਗਲੇ ਦਿਨ ਜਦੋਂ ਮੈਂ ਕਾਲਜ ਗਈ ਤਾਂ ਸੁਨੀਲ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛਣ ਲੱਗਿਆ, ਕੀ ਹੋਇਆ ਕਮਲ, ਤੂੰ 2 ਦਿਨਾਂ ਤੋਂ ਕਾਲਜ ਕਿਉਂ ਨਹੀਂ ਆਈ ਅਤੇ ਤੂੰ ਇੰਨੀ ਚੁੱਪ ਕਿਉਂ ਹੈ। ਮੈਂ ਉਸਨੂੰ ਜੱਫੀ ਪਾ ਕੇ ਰੋਣ ਲੱਗ ਪਈ। ਉਹ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਫਿਰ ਉਸਨੇ ਪੁੱਛਿਆ, ਕੀ ਗੱਲ ਹੈ, ਤੂੰ ਰੋ ਕਿਉਂ ਰਹੀ ਹੈ, ਮੈਨੂੰ ਕੁਝ ਦੱਸ ਤਾਂ ਸਹੀ। ਮੈਂ ਕਿਹਾ, ਸੁਨੀਲ ਮੈਂ ਹੁਣ ਤੇਰੇ ਲਾਇਕ ਨਹੀਂ ਰਹੀ, ਤੁਸੀਂ ਮੈਨੂੰ ਭੁੱਲ ਜਾਓ। ਉਸਨੇ ਕਿਹਾ, ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ, ਤੈਨੂੰ ਅਜਿਹਾ ਕੀ ਹੋ ਗਿਆ ਏ ਜੋ ਤੂੰ ਹੁਣ ਮੇਰੇ ਯੋਗ ਨਹੀਂ ਹੈ। ਮੈਂ ਉਸਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਬਦਮਾਸ਼ ਨੇ ਮੇਰੇ ਨਾਲ ਕੀਤਾ ਸੀ। ਇਹ ਗੱਲ ਸੁਣਦੇ ਹੀ ਉਸਦਾ ਖੂਨ ਉਬਾਲੇ ਖਾਣ ਲੱਗਿਆ। ਉਹ ਗੁੱਸੇ ਵਿੱਚ ਮੇਰਾ ਹੱਥ ਖਿੱਚ ਕੇ ਮੈਨੂੰ ਥਾਣੇ ਲੈ ਗਿਆ ਅਤੇ ਉਸਨੇ ਸਾਰੀ ਘਟਨਾ ਪੁਲਿਸ ਨੂੰ ਦੱਸ ਦਿੱਤੀ। ਪੁਲਿਸ ਨੇ ਉਸ ਜਲਾਦ ਨੂੰ ਗ੍ਰਿਫਤਾਰ ਕਰ ਲਿਆ। ਇਹ ਗੱਲ ਮੇਰੇ ਡੈਡੀ ਨੂੰ ਵੀ ਪਤਾ ਚੱਲ ਗਈ। ਮੈਂ ਸੋਚਿਆ ਕਿ ਮੇਰੇ ਡੈਡੀ ਮੈਨੂੰ ਜ਼ਿੰਦਾ ਨਹੀਂ ਛੱਡਣਗੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਮੇਰੇ ਡੈਡੀ ਮੇਰੇ ਕੋਲ ਆਈ ਅਤੇ ਮੇਰੇ ਸਾਹਮਣੇ ਹੱਥ ਜੋੜ ਕੇ ਮੁਆਫ਼ੀ ਮੰਗਣ ਲੱਗੇ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ, ਮੈਂ ਤੇਰਾ ਦੋਸ਼ੀ ਹਾਂ, ਮੈਂ ਹੀ ਸੀ ਜਿਸਨੇ ਤੇਰਾ ਹੱਥ ਉਸ ਸ਼ੈਤਾਨ ਦੇ ਹੱਥ ਵਿੱਚ ਦਿੱਤਾ ਸੀ। ਮੈਨੂੰ ਨਹੀਂ ਸੀ ਪਤਾ ਕਿ ਉਹ ਤੈਨੂੰ ਕਿਸ ਮਕਸਦ ਲਈ ਲੈ ਕੇ ਜਾ ਰਿਹਾ ਸੀ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਸੇ ਵੇਲੇ ਉਸਦੇ ਟੁਕੜੇ ਕਰ ਦੇਣੇ ਸੀ ਅਤੇ ਤੇਰੀ ਇੱਜ਼ਤ ਨੂੰ ਪੂਰਾ ਦਾਗ ਨਹੀਂ ਲੱਗਣ ਦਿੰਦਾ ਸੀ। ਇਹ ਸੁਣ ਕੇ ਮੈਂ ਆਪਣੇ ਡੈਡੀ ਨੂੰ ਜੱਫੀ ਪਾ ਕੇ ਰੋਣ ਲੱਗ ਗਈ। ਮੇਰੇ ਡੈਡੀ ਨੇ ਸੁਨੀਲ ਦਾ ਧੰਨਵਾਦ ਕੀਤਾ ਅਤੇ ਉੱਥੋਂ ਚਲੇ ਗਏ। ਮੈਂ ਵੀ ਡੈਡੀ ਦੇ ਪਿੱਛੇ ਤੁਰਨ ਲੱਗੀ। ਫਿਰ ਸੁਨੀਲ ਨੇ ਮੇਰਾ ਹੱਥ ਫੜਿਆ ਅਤੇ ਕਿਹਾ, ਕਮਲ ਮੈਂ ਤੈਨੂੰ ਅੱਜ ਵੀ ਓਨਾ ਹੀ ਪਿਆਰ ਕਰਦਾ ਹਾਂ ਜਿੰਨਾ ਮੈਂ ਕੱਲ੍ਹ ਕਰਦਾ ਸੀ। ਤੂੰ ਮੇਰੇ ਲਈ ਓਨੀ ਹੀ ਪਵਿੱਤਰ ਹੈ ਜਿੰਨੀ ਪਹਿਲਾਂ ਸੀ, ਇਸ ਲਈ ਕਦੇ ਵੀ ਆਪਣੇ ਆਪ ਨੂੰ ਇਕੱਲੀ ਨਾ ਸਮਝੀ। ਕੱਲ੍ਹ ਮੈਂ ਆਪਣੇ ਮੰਮੀ ਡੈਡੀ ਨੂੰ ਰਿਸ਼ਤੇ ਲਈ ਤੁਹਾਡੇ ਘਰ ਭੇਜਾਂਗਾ, ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ।
ਇਹ ਸੁਣਦੇ ਹੀ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਦੋਸਤੋ, ਸਾਨੂੰ ਆਪਣੀ ਕਮਜ਼ੋਰੀ ਨੂੰ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਕਿਉਂਕਿ ਲੋਕ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਦੋਸਤੋ, ਉਮੀਦ ਹੈ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਫਰੈਂਡਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਮਿਲਦੇ ਹਾਂ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ। ਧੰਨਵਾਦ ਜੀ।